ਅੱਜ ਰੀਡਿੰਗ ਸਾਹਿਬ ਲੇਕਿਨ ਸਭ ਤੋਂ ਪਹਿਲਾਂ ਗੜਜੋੜ ਬਾਰੇ ਇਸ ਲਈ ਪੁੱਛਣਾ ਚਾਹਾਂਗੇ ਕਿਉਂਕਿ ਮੰਨਤਾ ਤੁਸੀਂ ਕਾਫੀ ਦੇਰ ਤੋਂ ਚੁੱਕ ਰਹੇ ਹੋ ਪਰ ਕੀ ਤੁਹਾਨੂੰ ਲੱਗਦਾ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਫਿਰ ਤੋਂ ਗੜਜੋੜ ਕਰਨ ਲਈ ਤੁਹਾਨੂੰ ਫੋਰਸ ਕੀਤਾ ਜਾ ਸਕਦਾ ਹੈ ਜੇ ਐਵੇਂ ਦਾ ਹੁੰਦਾ ਹੈ ਤਾਂ ਕੀ ਤੁਹਾਡਾ ਡਿਸੀਜਨ ਰਹੇਗਾ ਕਿਉਂਕਿ ਪੰਜਾਬ ਦੀ ਜਿਹੜੀ ਪੋਲਿਟਿਕਸ ਹੈ ਉਹ ਪੂਰੇ ਦੂਸਰੇ ਸਟੇਟਸ ਨਾਲੋਂ ਡਿਫਰੈਂਟ ਹੈ ਕਿਉਂਕਿ ਇੱਥੇ ਤੁਸੀਂ ਆਪੋਜੀਸ਼ਨ ਦੇ ਵਿੱਚ ਇੱਕ ਵਨ ਗੁੱਡ ਥਿੰਕ ਅਬਾਊਟ ਕਾਂਗਰਸ ਇਟਸ ਅ ਡੈਮੋਕ੍ਰੇਸੀ ਸਾਡੀ ਜ਼ੁਬਾਨ ਤੇ ਕੋਈ ਤਾਲਾ ਨਹੀਂ ਲਾ ਸਕਦਾ ਇਹ ਸਾਡੀ ਕਮੀ ਵੀ ਹੈ ਬਟ ਇਹ ਸਾਰੀ ਸਟਰੈਂਥ ਵੀ ਹੈਗੀ ਹਰ ਬੰਦੇ ਨੂੰ ਇੱਥੇ ਆਪਣੇ ਵਿਚਾਰ ਰੱਖਣ ਦਾ ਹੱਕ ਹੈ ਐਂਡ ਟੂ ਬੀ ਵੈਰੀ ਓਨੈਸਟ ਰਾਹੁਲ ਗਾਂਧੀ ਬੀਇੰਗ ਅ ਲੀਡਰ ਮੈਂ ਬੜਾ ਨੇੜੇ ਰਿਆਂ ਰਾਹੁਲ ਗਾਂਧੀ ਦੇ ਨਾਓ ਆਲਸੋ ਮੈਂ 44 ਸਾਲ ਦਾ ਪ੍ਰਧਾਨ ਬਣਿਆ ਵਿਦਆਊਟ ਕਿ ਮੇਰੇ ਨਾਲ ਕਿੰਨੇ ਐਮਐਲਏ ਆ ਜਾਂ ਕਿੰਨੇ ਨਹੀਂ ਆ ਆਲ ਇੰਡੀਆ ਦਾ ਪ੍ਰੈਜ਼ੀਡੈਂਟ ਬਣਿਆ ਮੈਂ ਫਿਊ ਪੀਪਲ ਆਰ ਆਲ ਇੰਡੀਆ ਪ੍ਰੈਜ਼ੀਡੈਂਟ ਔਰ ਜਿੰਨੇ ਵੀ ਬਣੇ ਉਹ ਅੱਜਕੱਲ੍ਹ ਆਈਦਰ ਅੰਬਿਕਾ ਸੋਈ ਨਹੀਂ ਆਦਰ ਮਨੀਸ਼ ਟਵਾੜੀ ਆਈਦਰ ਮੁਕਲ ਵਾਸਨਿੰਗ ਰਣਜਨਦਾਸ ਮੁੰਚੀ ਸੁਰਜੀਤ ਵਾਲਾ ਸੋ ਮੇਰੇ ਕਹਿਣ ਦਾ ਮਤਲਬ ਕਿ ਰਾਹੁਲ ਜੀ ਸਾਡੇ ਤੇ ਕਿਸੇ ਵੀ ਆਈਡੀਆ ਨੂੰ ਕਦੇ ਵੀ ਫੋਰਸ ਨਹੀਂ ਕਰਦੇ ਮੈਂ ਯੂਥ ਕਾਂਗਰਸ ਜਿਹੜੋਂ ਦਾ ਹੀ ਸਿਧ ਕਿ ਅਗਰ ਕੋਈ ਤੁਹਾਡੀ ਸਰਕਾਰ ਵੀ ਗਲਤ ਕੰਮ ਕਰ ਰਹੀ ਹੈ ਤਾਂ ਤੁਸੀਂ ਉਹਦੇ ਖਿਲਾਫ ਵੀ ਡਟ ਕੇ ਖੜੇ ਹੋ ਜਾਓ ਕਿ that by this ဒါ့ਸ ਵਾਈ ਕਾਮਜਾਬੀ ਇਹ ਸਾਨੂੰ ਸਲੋਲੀ ਸਲੋਲੀ ਮਿਲੇਗੀ ਕਿਉਂਕਿ ਸਲੋਲੀ ਸਲੋਲੀ ਪੀਪਲ ਅੰਡਰਸਟੈਂਡ ਆਈਡੀਆ ਆਫ ਮਿਸਟਰ ਰਾਹੁਲ ਗਾਂਧੀ ਕੀ ਕੀ ਹੈ ਉਹ ਬੰਦਾ ਇੱਥੇ ਜਿਹੜਾ ਦੂਸਰਿਆਂ ਨੂੰ ਦਬਾਇਆ ਜਾ ਰਿਹਾ ਸੋ ਮੈਨੂੰ ਨਹੀਂ ਲੱਗਦਾ ਕਿ ਡੈਲੀ ਮੈਨੂੰ ਫੋਰਸ ਕਰੇਗੀ ਕਦੇ ਵੀ ਹਾਂ ਅਗਰ ਕੋਨ ਔਨ ਔਨ ਸਿਸਟਮ ਵਾਈਜ਼ ਇਫ देयर ਇਜ਼ ਸਮਥਿੰਗ ਕੋਈ ਥੋੜੇ ਚਾਰਟ ਦੇ ਵਿੱਚ ਜਿਹੜਾ ਕੋਈ ਹੋਏਗਾ ਅਗਰ ਕੋਈ ਐਸੀ ਗੱਲ ਹੋਈ ਤਾਂ देन दे विल ਟਾਕ ਅਬਾਊਟ ਦਾ ਅਲਾਈਂਸ ਕਿ ਵੀ ਆ ਚਾਰਟ ਆ ਕਹਿ ਰਿਹਾ ਹੈ ਇਫ ਆ ਆ ਹੋ ਰਿਹਾ ਹੈ ਅਦਰਵਾਇਜ਼ ਨੋਬਾਡੀ ਵਿਲ ਫੋਰਸ ਮੀ ਮੈਨੂੰ ਲੱਗਦਾ ਕਿ ਪੰਜਾਬ ਦੇ ਲੀਡਰ ਤੈਅ ਕਰਨਗੇ ਕੀ ਕਰਨਾ ਹੈ ਇੰਡੀਆ ਅਲਾਈਅੰਸ ਨੂੰ ਹੁਣ ਕਿਸ ਤਰ੍ਹਾਂ ਦੇਖਦੇ ਹੋ ਜਿਹੜੀਆਂ ਇਸ ਵਾਰ ਇਲੈਕਸ਼ਨ ਹੋਈਆਂ ਰਿਜ਼ਲਟ ਜਿਸ ਤਰ੍ਹਾਂ ਦੇ ਆਏ ਤਿੰਨ ਥਾਵਾਂ ਤੇ ਬੀਜੇਪੀ ਨੇ ਮਤਲਬ ਮੈਜੋਰਿਟੀ ਨਾ ਜਿੱਤ ਆ ਸਕੀਤੀ ਮੈਨੂੰ ਯਾਦ ਹੈ ਤੁਸੀਂ ਵੀ ਟੋਲ ਟੂਲ ਤਾਂ ਮੰਗਵਾਏ ਹੋਏ ਸੀ ਲੇਕਿਨ ਫਿਰ ਵਾਪਸ ਭੇਜਨੇ ਪਏ ਕਿਉਂਕਿ ਉਮੀਦ ਸੀਗੀ ਕਿ ਜਿੱਤ ਹਾਸਲ ਹੋ ਜੇਗੀ ਉਸ ਨੀਤੀ ਦਾ ਸਾਨੂੰ ਬਹੁਤ ਉਮੀਦਾਂ ਸੀਗੀਆਂ ਬਹੁਤ ਜ਼ਿਆਦਾ ਉਮੀਦਾਂ ਸੀਗੀਆਂ ਆ ਕਿ ਸਾਡੀ ਗੱਲਬਾਤ ਬਣ ਜਾਣੀ ਹੈ ਲੇਕਿਨ ਇੰਡੀਆ ਅਲਾਈਂਸ ਦਾ ਜਦੋਂ ਬਣਿਆ ਸੀਗਾ ਉਦੋਂ ਇੱਕ ਵਾਰੀ ਤਾਂ ਬੀਜਪੀ ਨੂੰ ਪਸੀਨਾ ਆ ਗਿਆ ਸੀ ਕਿ ਇੰਡੀਆ ਅਲਾਈਂਸ ਕਿਉਂਕਿ ਫਿਰ ਉਹਨਾਂ ਨੇ ਵੀ ਐਂਡੀਆ ਅਲਾਈਂਸ ਦੇ ਪਾਰਟਨਰਸ ਨੂੰ ਸੱਦਿਆ ਜਿਹਦੇ ਵਿੱਚ ਜਿਨ੍ਹਾਂ ਕੋਲ ਇੱਕ ਵੀ ਐਮਐਲਏ ਐਮਪੀ ਨਹੀਂ ਸੀਗਾ ਬੇਸ਼ੱਕ ਗਿਣਤੀ ਚ ਵੱਧ ਸੱਦਿਆ ਅੱਜ ਵੀ ਮੈਨੂੰ ਲੱਗਦਾ ਹੈ ਟੂ ਬੀ ਵੈਰੀ ਓਨੈਸਟ ਬਿਲਕੁਲ ਕੋਬਰੋਂ ਦੀ ਗੱਲ ਨਹੀਂ ਮੈਂ ਇਹਨੂੰ ਉਸੇ ਤਰ੍ਹਾਂ ਦੇਖਦਾ ਹਾਂ ਕਿ ਇੱਕ ਮੱਕੜੀ ਸੱਤ 17 ਵਾਰ ਉੱਪਰ ਚੜਨਾ ਚਾਹੁੰਦੀ ਹੈ 10 ਸਾਲ ਅਸੀਂ ਵੀ ਗਵਰਨਮੈਂਟ ਚ ਰਹੇ ਮਨ ਮੋਨ ਸਿੰਘ ਜੀ ਰਹੇ ਸਾਡੀ ਗਵਰਨਮੈਂਟ ਰਹੀ ਮਕੜੀ ਚੜਨਾ ਚਾਹੁੰਦੀ ਹੈ ਉਹ 17 ਵਾਰ ਚੜਦੀ ਹੈ ਡਿੱਗਦੀ ਹੈ ਚੜਦੀ ਹੈ ਡਿੱਗਦੀ ਹੈ 18ਵੀਂ ਵਾਰ ਛੜ ਜੰਗੀ ਸੋ ਆਈ ਹੈਵ ਅ ਵੈਰੀ ਹਾਈ ਹੋਪਸ ਮੈਨੂੰ ਲੱਗਦਾ ਕਿ ਪਾਰਲੀਮੈਂਟ ਦੇ ਵਿੱਚ ਇੰਡੀਆ ਅਲਾਈਅንስ ਕੁਝ ਵੱਖਰਾ ਕਰਕੇ ਦਿਖਾਏਗਾ ਲੇਕਿਨ ਬਹੁਤ ਸੈਜ਼ ਦੇ ਨਾਲ ਬਹੁਤ ਮੈਂ ਸਮਝਦਾ ਕਿ ਧਿਆਨ ਦੇ ਨਾਲ ਉਰੇ ਤੇ ਕੰਮ ਕਰਨ ਦੀ ਲੋੜ ਹੈ ਆਪ ਦੇ ਅਲਾਈਅੰਸ ਨੂੰ ਤਕੜਾ ਰੱਖਣ ਦੀ ਲੋੜ ਹੈ ਅਸੀਂ ਜ਼ਰੂਰੀ ਨਹੀਂ ਹੈ ਉੱਥੇ ਅਲਾਈਅੰਸ ਹੈ ਠੀਕ ਹੈ ਪਾਰਲੀਮੈਂਟੀ ਨੂੰ ਜਿੱਤਾਂਗੇ ਕਿੱਟੇ ਹੋ